ਬਠਿੰਡਾ ਦੇ ਤਲਵੰਡੀ ਸਾਬੋ ਤੋਂ ਸਰਬੱਤ ਖਾਲਸਾ ਵੱਲੋਂ ਬਣਾਏ ਗਏ ਬਲਜੀਤ ਸਿੰਘ ਦਾਦੂਵਾਲ ਜਥੇਦਾਰ ਨੇ ਬਠਿੰਡਾ ਵਿੱਚ ਇੱਕ ਪ੍ਰੈਸ ਕਾਨਫਰੰਸ ਕੀਤੀ ਅਤੇ ਕਿਹਾ ਕਿ ਸੁਖਬੀਰ ਸਿੰਘ ਬਾਦਲ ਨੇ ਜੋ ਦੋਸ਼ ਲਗਾਏ ਸੀ ਉਹ ਸਾਰੇ ਦੋਸ਼ ਸਾਹਮਣੇ ਆ ਚੁੱਕੇ ਨੇ ਅਤੇ ਵਿਧਾਨ ਸਭਾ ਦੀ ਕਮੇਟੀ ਨੇ ਸੁਖਬੀਰ ਬਾਦਲ ਨੂੰ ਵਿਧਾਨ ਸਭਾ ਨੂੰ ਗੁੰਮਰਾਹ ਕਰਨ ਦਾ ਦੋਸ਼ੀ ਦੱਸਿਆ ਜਿਸ ਦੇ ਰੋਸ ਵਜੋਂ ਦਾਦੂਵਾਲ ਨੇ ਸੁਖਬੀਰ ਬਾਦਲ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ ਹੈ। 20 ਅਗਸਤ 2018 ਦੀ ਸ਼ਾਮ ਨੂੰ ਬਿਕਰਮ ਮਜੀਠੀਆ ਨੇ ਟਵੀਟ ਕੀਤਾ ਸੀ ਕਿ ਇਸ ਸਮੇਂ ਮੁੱਖ ਮੰਤਰੀ ਪੰਜਾਬ ਦੇ ਚੰਡੀਗੜ੍ਹ ਨਿਵਾਸ ਦੇ ਉੱਤੇ ਜਥੇਦਾਰ ਦਾਦੂਵਾਲ ਤੇ ਮੁੱਖ ਮੰਤਰੀ ਦੀ ਮੀਟਿੰਗ ਹੋ ਰਹੀ ਹੈ ਤੇ ਉਹਦੇ ਵਿੱਚ ਜਸਟਿਸ ਰਣਜੀਤ ਸਿੰਘ ਜਾਂਚ ਕਮਿਸ਼ਨ ਦੀ ਰਿਪੋਰਟ ਨਾਲ ਛੇੜਛਾੜ ਹੋ ਰਹੀ ਹੈ ਤੇ ਨਾਲ ਹੀ ਉਹਨਾਂ ਨੇ ਇਲਜ਼ਾਮ ਲਾਇਆ ਸੀਗਾ ਕਿ ਕੈਪਟਨ ਚੰਨਣ ਸਿੰਘ ਸਿੱਧੂ ਦੇ ਫਾਰਮ ਹਾਊਸ ਦੇ ਉੱਤੇ ਜਿਹੜੀ ਜਸਟਿਸ ਰਣਜੀਤ ਸਿੰਘ ਜਾਂਚ ਕਮਿਸ਼ਨ ਦੀ ਰਿਪੋਰਟ ਆ ਉਹ ਤਿਆਰ ਕੀਤੀ ਹੈ ਜਿਹਦੇ ਵਿੱਚ ਜਥੇਦਾਰ ਧਿਆਨ ਸਿੰਘ ਮੰਡ, ਜਸਟਿਸ ਰਣਜੀਤ ਸਿੰਘ, ਗੁਰਦੀਪ ਸਿੰਘ ਬਠਿੰਡਾ, ਸੁਖਪਾਲ ਸਿੰਘ ਖਹਿਰਾ ਤੇ ਬਲਜੀਤ ਸਿੰਘ ਦਾਦੂਵਾਲ ਇਹਨਾਂ ਸਾਰਿਆਂ ਨੇ। ਅਸੀਂ ਉਦੋਂ ਵੀ ਕੰਡੈਮ ਕੀਤਾ ਸੀ ਕਿ ਇਹ ਕੋਰਾ ਝੂਠ ਹੈ, ਚਿੱਟਾ ਝੂਠ ਹੈ ਇਹਨਾਂ ਵੱਲੋਂ ਬੋਲਿਆ ਗਿਆ, ਸਦਨ ਨੂੰ ਗੁੰਮਰਾਹ ਕੀਤਾ ਗਿਆ, ਪੰਜਾਬ ਦੇ ਲੋਕਾਂ ਨੂੰ ਗੁੰਮਰਾਹ ਕੀਤਾ ਗਿਆ ਤੇ ਹੁਣ ਪੰਜਾਬ ਵਿਧਾਨ ਸਭਾ ਨੇ ਜਿਹੜੀ ਬਣਾਈ ਸੀ ਪੰਜਾਬ ਸਰਕਾਰ ਨੇ ਜਾਂਚ ਕਮੇਟੀ, ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਉਹਨਾਂ ਦੀ ਰਿਪੋਰਟ ਵੀ ਸਬਮਿਟ ਹੋ ਗਈ, ਉਹਦੇ 'ਚ ਸੁਖਬੀਰ ਬਾਦਲ ਨੂੰ ਦੋਸ਼ੀ ਕਰਾਰ ਦਿੱਤਾ ਗਿਆ ਤਾਂ ਮੈਂ ਕਹਿਣਾ ਚਾਹੁੰਦਾ ਕਿ ਸੁਖਬੀਰ ਬਾਦਲ ਦੇ ਉੱਤੇ ਸਖ਼ਤ ਕਾਰਵਾਈ ਜਿਹੜੀ ਆ, ਪ੍ਰਿਵਿਲੇਜ ਮੋਸ਼ਨ ਦੀ ਸਖ਼ਤ ਕਾਰਵਾਈ ਜਿਹੜੀ ਆ ਉਹ ਹੋਣੀ ਚਾਹੀਦੀ ਆ ਕਿਉਂਕਿ ਉਹਨੇ ਸਦਨ ਨੂੰ ਵੀ ਗੁੰਮਰਾਹ ਕੀਤਾ ਅਤੇ ਪੰਜਾਬ ਨਹੀਂ ਦੁਨੀਆ ਦੇ ਲੋਕਾਂ ਨੂੰ ਗੁੰਮਰਾਹ ਕੀਤਾ ਗਲਤ ਬਿਆਨਬਾਜ਼ੀ ਕਰਕੇ। ਨਾ ਉਸ ਦਿਨ ਹੁਣ ਤਾਂ ਸਿੱਧ ਹੀ ਹੋ ਗਿਆ ਕਿ ਮੇਰੀ ਮੁੱਖ ਮੰਤਰੀ ਨਾਲ ਮੀਟਿੰਗ ਨਹੀਂ ਸੀ ਹੋਈ ਅਤੇ ਨਾ ਮੈਂ ਕੈਪਟਨ ਚੰਨਣ ਸਿੰਘ ਸਿੱਧੂ ਦੇ ਫਾਰਮ ਹਾਊਸ 'ਤੇ ਅੱਜ ਤੱਕ ਨਹੀਂ ਗਿਆ। ਇਹ ਗੁੰਮਰਾਹ ਕੌਣ ਜਿਨ੍ਹਾਂ ਨੇ ਪੰਥ ਤੇ ਪੰਜਾਬ ਨੂੰ ਲੁੱਟਿਆ ਤੇ ਕੁੱਟਿਆ ਪਿਛਲੇ 10 ਸਾਲ, ਅੱਜ ਵੀ ਉਹ ਪੰਜਾਬ ਨੂੰ ਗੁੰਮਰਾਹ ਕਰ ਰਹੇ ਆ। ਲੋਕ ਉਹਨਾਂ ਤੋਂ ਸੁਚੇਤ ਹੋਣ ਤੇ ਦੋਨਾਂ ਨੂੰ ਸਾਲੇ ਬਣੋਈਏ ਨੂੰ ਦੋਨਾਂ ਨੂੰ ਪੰਜਾਬ ਦੇ ਲੋਕਾਂ ਤੋਂ ਇਹ ਝੂਠ ਬੋਲਣ ਕਰਕੇ ਮੁਆਫੀ ਵੀ ਮੰਗਣੀ ਚਾਹੀਦੀ ਹੈ। ਵਧੀਆ ਚੱਲ ਰਿਹਾ ਸੀ, ਮੰਡ ਸਾਹਿਬ ਨੇ ਚੱਕਤਾ, 50 ਸਕਿੰਟ ਗੱਲਬਾਤ ਕਰ ਲਈ, ਹੁਣ 20 ਤਰੀਕ ਨੂੰ ਮੀਟਿੰਗ ਬਣੀ, ਤੁਹਾਡਾ ਉਹਦੇ ਵਿਚਾਰ ਦਿੱਤਾ ਗਿਆ, ਤੁਸੀਂ 20 ਤਰੀਕ ਨੂੰ ਉੱਥੇ ਜਾਓਗੇ? ਦੇਖੋ, ਜਥੇਦਾਰ ਮੰਡ ਸਾਹਿਬ ਨੇ ਜਿਹੜਾ ਐਲਾਨ ਕੀਤਾ ਮੇਰੇ ਸਲਾਹ ਨਾਲ 1 ਜੂਨ ਨੂੰ ਐਲਾਨ ਕੀਤਾ ਸੀਗਾ, ਮੈਂ ਉਹਨਾਂ ਦੀ ਪੂਰੀ ਸਪੋਰਟ ਕੀਤੀ ਮੋਰਚੇ ਦੀ, ਲੱਖਾਂ ਲੋਕਾਂ ਨੇ ਸਪੋਰਟ ਕੀਤੀ ਦੇਸ਼ ਵਿਦੇਸ਼ਾਂ 'ਚੋਂ, ਪਰ ਸਮਾਪਤੀ ਵੇਲੇ ਮੋਰਚੇ ਨੇ ਪ੍ਰਾਪਤੀਆਂ ਵੀ ਬਹੁਤ ਕੀਤੀਆਂ, ਪਰ ਸਮਾਪਤੀ ਵੇਲੇ ਜਥੇਦਾਰ ਮੰਡ ਸਾਹਿਬ ਨੇ ਕਾਹਲੀ ਕੀਤੀ ਆ, ਡਿਕਟੇਟਰਸ਼ਿਪ ਵਾਲੀ ਭਾਵਨਾ ਰੱਖੀ ਆ, ਭਰੋਸੇ 'ਚ ਨਹੀਂ ਲਿਆ, ਇਸ ਕਰਕੇ ਮੇਰਾ ਉਹਨਾਂ ਨਾਲ ਰੋਸ ਆ ਕਿ ਅੱਜ ਕੌਮ ਦਾ ਵੀ ਰੋਸ ਆ, ਕੌਮ ਦੀਆਂ ਵੀ ਭਾਵਨਾਵਾਂ ਮਲੁੰਦਰੀਆਂ ਗਈਆਂ, ਇਸ ਕਰਕੇ 20 ਤਰੀਕ ਵਾਲੀ ਜਿਹੜੀ ਉਹਨਾਂ ਫਤਿਹਗੜ੍ਹ ਸਾਹਿਬ ਮੀਟਿੰਗ ਸੱਦੀ ਮੈਂ ਉਹਦੇ 'ਚ ਨਹੀਂ ਜਾ ਰਿਹਾ। ਜਿਹੜੀ 18 ਤਰੀਕ ਨੂੰ ਮੀਟਿੰਗ ਜਥੇਦਾਰ ਬੂਟਾ ਸਿੰਘ ਨੇ ਬਰਗਾੜੀ ਵਿੱਚ ਸੱਦੀ ਆ, ਮੈਂ ਉਹਦੇ ਵਿੱਚ ਜਾਵਾਂਗਾ ਕਿਉਂਕਿ ਉੱਥੇ ਸਮੀਖਿਆ ਕਰਨੀ, ਵਿਚਾਰ ਲੈਣੇ ਸਭ ਦੇ ਕੇ ਮੋਰਚਾ ਜਿਹੜਾ ਹੈਗਾ ਉਹ ਗਲਤ ਤਰੀਕੇ ਦੇ ਨਾਲ ਜਿਹੜਾ ਸਮਾਪਤ ਕੀਤਾ ਗਿਆ। ਮੂਵਮੈਂਟ ਜਿਹੜੇ ਹੈਗੇ ਆ ਚੰਨਣ ਸਿੰਘ ਨੇ ਉਹ ਮੀਟਿੰਗ ਦੀ ਗੱਲ ਕਰੋ ਵੀ ਮੋਰਚਾ ਲਾਉਣਗੇ, ਉਹ ਵੀ ਉਹਨਾਂ ਨੇ ਵੀ ਆਉਣਾ, ਬਾਕੀ ਉਹਨਾਂ ਨੇ ਜਥੇਦਾਰ ਬੂਟਾ ਸਿੰਘ ਨੇ ਕਿਹਾ ਨਾ ਅਸੀਂ ਕੋਈ ਮੋਰਚਾ ਉੱਥੇ ਲਾਉਣਾ ਵਾ, ਨਾ ਕੋਈ ਧਰਨਾ, ਨਾ ਮੁਜ਼ਾਹਰਾ ਕਰਨਾ, ਬਾਕੀ ਇਹ ਗੁਰਦੁਆਰਾ ਸਾਹਿਬ ਦੇ ਵਿੱਚ ਮੀਟਿੰਗ ਆ, ਵਿਚਾਰ ਲੈਣੇ ਆ ਸਭ ਦੇ, ਕਿਉਂਕਿ ਦਾਣਾ ਮੰਡੀ ਦੇ ਵਿੱਚ ਸਰਕਾਰ ਨੇ 144 ਲਾ ਦਿੱਤੀ ਅਤੇ ਉੱਥੇ ਕੰਡਿਆਲੀ ਤਾਰ ਬਲ ਦਿੱਤੀ, ਪਰ ਗੁਰਦੁਆਰਾ ਸਾਹਿਬ ਵਿੱਚ ਕੋਈ 144 ਨਹੀਂ ਲੱਗ ਸਕਦੀ, ਉੱਥੇ ਮੀਟਿੰਗ ਹੋਣੀ ਆ, ਪੰਥ ਦਰਦ ਇਕੱਠੇ ਹੋਣਗੇ, ਵਿਚਾਰ ਸੁਝਾਅ ਲਏ ਜਾਣਗੇ ਕਿ ਜਿਹੜੀਆਂ ਪ੍ਰਾਪਤੀਆਂ ਹੋਈਆਂ ਨੇ, ਜਿਹੜੀਆਂ ਰਹਿ ਗਈਆਂ ਨੇ, ਉਹਨਾਂ ਨੂੰ ਪ੍ਰਾਪਤ ਕਰਨ ਵਾਸਤੇ ਸਾਨੂੰ ਕਿਸ ਤਰੀਕੇ ਨਾਲ ਪੁਰਅਮਨ ਸ਼ਾਂਤਮਈ ਤਰੀਕੇ ਨਾਲ ਸੰਘਰਸ਼ ਕਰਨਾ ਚਾਹੀਦਾ। ਜੇ ਆਪਾਂ ਰੈਂਟਰ ਸਿੱਖ ਮੂਵਮੈਂਟ ਦੀ ਗੱਲ ਕਰੀਏ, ਚੰਨਣ ਸਿੰਘ ਦੀ ਗੱਲ ਕੀਤੀ, ਉਹਨਾਂ ਨੇ ਗੱਲ ਕਹੀ ਸੀ ਜਿਹੜਾ ਤੁਸੀਂ ਉੱਥੇ ਬਰਗਾੜੀ ਮੋਰਚਾ ਚੱਕਿਆ ਵਿੱਚ ਬਲਜੀਤ ਸਿੰਘ ਦਾਦੂਵਾਲ ਵੀ ਮਿਲੇ ਹੋਏ ਆ, ਮਨ ਸਿੰਘ ਮਿਲੇ ਹੋਏ ਆ, ਸਰਕਾਰਾਂ ਮਿਲੇ ਤਾਂ ਚਲੋ ਕਹਿਣ ਨੂੰ ਕਿਸੇ ਦੇ ਵੀ ਕੋਈ ਵੀ ਕੁਛ ਕਹਿ ਸਕਦਾ ਵਾ, ਜਿਹਨਾਂ ਨੂੰ ਜਾਣਕਾਰੀ ਨਹੀਂ ਹੈ ਕੋਈ ਵੀ ਕੁਛ ਕਹਿ, ਜਿਵੇਂ ਲੱਖਾ ਸਿਧਾਣਾ ਉਹ ਚਾਰਕ ਇੰਗਲਿਸ਼ ਦੇ ਬੋਰਡਾਂ ਦੇ ਉੱਤੇ ਪੋਚਾ ਮਾਰ ਕੇ ਤੇ ਪੰਥਕ ਆਗੂ ਕਹਾਉਣਾ ਚਾਹੁੰਦੇ, ਉਹਨੂੰ 2 ਵਾਰੀ ਉੱਥੇ ਗਏ ਨੂੰ ਮੈਂ ਸਮਾਂ ਨਹੀਂ ਦੇ ਸਕਿਆ ਸਟੇਜ ਦੀ ਸੇਵਾ ਨਿਭਾਉਂਦਿਆਂ, ਉਹ ਮੇਰੇ ਨਾਲ ਇਸ ਗੱਲ ਕੇ ਨਾਰਾਜ਼ਗੀ 'ਚ ਇੱਦਾਂ ਦੀ ਬਿਆਨਬਾਜ਼ੀ ਕਰ ਰਿਹਾ ਜਦੋਂ ਕਿ ਉਹਨੂੰ ਕਿਸੇ ਗੱਲ ਦਾ ਪਤਾ ਨਹੀਂ। ਜਿਹੜੀ ਬਿਆਨਬਾਜ਼ੀ ਉਹਨੇ ਕੀਤੀ ਆ ਉਹ ਗਲਤ ਆ, ਜਦੋਂ ਮਰਜ਼ੀ ਬੈਠ ਕੇ ਮੀਡੀਆ ਦੇ ਵਿੱਚ ਗੱਲ ਕੀਤੀ ਜਾ ਸਕਦੀ ਆ, ਉਹਨੂੰ ਕਿਸੇ ਗੱਲ ਦੀ ਜਾਣਕਾਰੀ ਨਹੀਂ ਆ, ਅਤੇ ਇਸ ਤਰੀਕੇ ਨਾਲ ਜਿਹਨਾਂ ਨੂੰ ਜਾਣਕਾਰੀ ਨਹੀਂ ਉਹ ਬਿਆਨਬਾਜ਼ੀ ਕੋਈ ਵੀ ਕੁਛ ਕਰ ਸਕਦੇ ਆ। ਅਸੀਂ ਸੱਚੇ ਦਿਲੋਂ 6.5 ਮਹੀਨੇ ਉਸ ਮੋਰਚੇ ਦਾ ਜਿਹੜਾ ਸਮਰਥਨ ਦਿਨ ਰਾਤ ਇੱਕ ਕਰਕੇ ਕੀਤਾ ਅਤੇ ਮੋਰਚਾ ਜਿਹੜਾ ਸੀਗਾ ਉਹਨੂੰ ਸਿਖਰ 'ਤੇ ਲਗਾਏ, ਪਰ ਆਖਰੀ ਸਮੇਂ ਜਥੇਦਾਰ ਮੰਡ ਸਾਹਿਬ ਦੀ ਕਾਹਲੀ ਨੇ ਜਿਹੜਾ ਸੀਗਾ ਉਸ ਮੋਰਚੇ ਨੂੰ ਖੱਡੇ ਵਿੱਚ ਸਿੱਟ ਦਿੱਤਾ ਕਿ ਵੱਡੀਆਂ ਪ੍ਰਾਪਤੀਆਂ ਕਰਨ ਤੋਂ ਮੋਰਚਾ ਜਿਹੜਾ ਸੀ ਉਹ ਵਾਂਝਾ ਰਹਿ ਗਿਆ। ਜੇ ਆਪਾਂ ਕੀ ਮੰਨਦੇ ਫੈਸਲਾ ਕੀਤਾ? ਪਹਿਲੀ ਗੱਲ ਤਾਂ ਇਹ ਸਿੱਖ ਦੰਗੇ ਨਹੀਂ ਆ, ਦਿੱਲੀ ਦੰਗੇ ਨਹੀਂ, ਇਹ 84 ਦਾ ਕਤਲੇਆਮ, ਸਿੱਖ ਕਤਲੇਆਮ ਆ, ਸਿੱਖ ਜੀਨੋਸਾਈਡ ਆ, ਬੜੀ ਸੋਚੀ ਸਮਝੀ ਸਾਜ਼ਿਸ਼ ਦੇ ਤਹਿਤ ਇਹ ਸਿੱਖਾਂ ਦਾ ਕਤਲੇਆਮ ਜਿਹੜਾ ਸੀਗਾ ਉਸ ਵੇਲੇ ਦਿੱਲੀ ਦੇ ਵਿੱਚ ਕੀਤਾ ਗਿਆ। ਉਹਦੇ ਦੋਸ਼ੀਆਂ ਨੂੰ ਸਜ਼ਾ ਜਿਹੜੀ ਆ ਸੱਜਣ ਕੁਮਾਰ ਨੂੰ ਉਮਰ ਕੈਦ ਹੋਈ ਆ, ਅਸੀਂ ਇਹਦਾ ਸਵਾਗਤ ਕਰਦੇ ਹਾਂ, ਦੇਰ ਆਏ ਦਰੁਸਤ ਆਏ। ਜਿਹੜੇ ਬਾਕੀ ਦੋਸ਼ੀ ਆ, ਚਾਹੇ ਉਹ ਕਮਲਨਾਥ ਆ, ਚਾਹੇ ਜਗਦੀਪ ਟਾਈਟਲਰ ਆ, ਚਾਹੇ ਕੋਈ ਆ, ਉਹਨਾਂ ਨੂੰ ਵੀ ਸਜ਼ਾ ਮਿਲਣੀ ਚਾਹੀਦੀ ਆ। ਅਤੇ ਇਹੋ ਜਿਹੀਆਂ ਜਿਹੜੀਆਂ ਘਟਨਾਵਾਂ ਵਾਪਰਦੀਆਂ, ਜੇਕਰ ਇਹਦੇ ਦੋਸ਼ੀਆਂ ਨੂੰ ਸਜ਼ਾ ਦਿੱਤੀ ਜਾਵੇ ਤਾਂ ਲੋਕਾਂ ਦਾ ਕਾਨੂੰਨ 'ਤੇ ਭਰੋਸਾ, ਕੋਰਟਾਂ 'ਤੇ ਭਰੋਸਾ ਵੱਧਦਾ, ਅਤੇ ਮੈਂ ਸਮਝਦਾ ਇਸ ਕਾਰਵਾਈ ਦੇ ਨਾਲ ਸਿੱਖਾਂ ਦਾ ਅਤੇ ਦੇਸ਼ ਵਾਸੀਆਂ ਦਾ ਕਾਨੂੰਨ 'ਤੇ ਕੋਰਟਾਂ 'ਤੇ ਨਿਆਂਪਾਲਿਕਾ 'ਤੇ ਭਰੋਸਾ ਵੱਧਾ, ਅਤੇ ਬਾਕੀ ਜਿਹੜੇ ਦੋਸ਼ੀ ਨੇ ਉਹਨਾਂ ਨੂੰ ਵੀ ਸਖ਼ਤ ਸਜ਼ਾ ਜਿਹੜੀ ਉਹ ਮਿਲਣੀ।